Hadi Gold, an Islamic record label. ਉਡੀਕ ਸੱਚੀ ਹੋਵੇ ਨਾ ਤੇ ਮਾਹੀ ਆ ਹੀ ਜਾਂਦੇ ਨੇ। ਆ ਤੁਹਾਡੇ ਗੁਜਰਾਤ ਦਾ ਤਾਜਦਾਰ ਹਜ਼ਰਤ ਬਾਬਾ ਕਾਵਾਂ ਵਾਲੀ ਸਰਕਾਰ, ਹਜ਼ਰਤ ਬਾਬਾ ਕਰਮ ਇਲਾਹੀ ਅਲ ਮਰੂ ਬਾਬਾ ਕਾਵਾਂ ਵਾਲੀ ਸਰਕਾਰ, ਸਾਰੀ ਜ਼ਿੰਦਗੀ ਬਾਬੇ ਕਾਵਾਂ ਨਾਲ ਪਿਆਰ ਕੀਤਾ। ਅੱਜ ਵੀ ਜਾ ਕੇ ਤੁਸੀਂ ਮਜ਼ਾਰ ਤੇ ਵੇਖਿਆ ਹੀ ਹੋਵੇਗਾ ਕਿ ਇਤਨੇ ਕੱਬੇ ਕਿਧਰੇ ਨਜ਼ਰ ਨਹੀਂ ਆਉਂਦੇ ਜਿਤਨੇ ਬਾਬਾ ਕਾਵਾਂ ਵਾਲੀ ਸਰਕਾਰ ਦੇ ਮਜ਼ਾਰ ਤੇ ਆਉਂਦੇ। ਕਿਸੇ ਇੱਕ ਦਿਨ ਅਰਜ਼ ਕੀਤੀ, ਹਜ਼ੂਰ ਕੋ ਤੋਤੇ ਪਾਲਦਾ, ਕੋਈ ਕਬੂਤਰ ਪਾਲਦਾ, ਕੋਈ ਮੋਰ ਪਾਲਦਾ, ਕੋਈ ਚਿੜੀਆ ਪਾਲਦਾ, ਇੱਕ ਕਾਲੇ ਰੰਗ ਦਾ ਕਾਂ, ਇਹਦੇ ਨਾਲ ਵੀ ਕਦੇ ਕਿਸੇ ਪਿਆਰ ਕੀਤਾ? ਆਪਨੇ ਪਰਮਾ, ਮੈਨੂੰ ਪਤਾ ਹੈ ਕਿ ਇਸ ਕਵੇ ਨਾਲ ਪਿਆਰ ਕੋਈ ਨਹੀਂ ਕਰਦਾ, ਪਰ ਮੈਂ ਸੁਣਿਆ ਕਵੇ ਦੀ ਉਮਰ ਬੜੀ ਲੰਬੀ ਹੁੰਦੀ ਹੈ। ਇਮਾਮ ਦਵੀਰੀ ਨੇ ਹਯਾਤੁਲ ਹੈਵਾਨ ਚ ਲਿਖਿਆ ਕਵੇ ਦੀ ਉਮਰ 500 ਸਾਲ ਵੀ ਹੁੰਦੀ ਹੈ, ਦੁਨੀਆ ਤੋਂ ਤਾਲਬੀਨ ਚ ਵੀ ਲਿਖਿਆ। ਅੱਜ ਸਾਇੰਸਦਾਨ ਵੀ ਕਹਿ ਰਹੇ ਨੇ ਕਿ ਕਵੇ ਦੀ ਉਮਰ ਬੜੀ ਲੰਬੀ ਹੁੰਦੀ ਹੈ। ਹਜ਼ਰਤ ਬਾਬਾ ਕਾਵਾਂ ਵਾਲੀ ਸਰਕਾਰ ਫਰਮਾਉਂਦੇ ਨੇ, ਮੈਂ ਨਾ ਕਾਵਾਂ ਨਾਲ ਇਸ ਆਵਾਜ਼ ਤੇ ਪਿਆਰ ਕਰਨਾ, ਮੇਰੇ ਬਨੇਰੇ ਤੇ ਬੈਠੇ ਰਹਿਣ, ਹੋਰ ਕਿਸੇ ਮੇਰੇ ਦਿਨ ਮੇਰੇ ਬਨੇਰੇ ਤੇ ਨਾ ਉਹ ਵੀ ਕਾਂ ਕੇ ਬਹਿ ਜਾਵੇ ਜਿਹਨੇ ਕਮਲੀ ਵਾਲੇ ਦੀ ਜ਼ਿਆਰਤ ਕੀਤੀ ਹੋਵੇ। ਮੈਂ ਇਹਨਾਂ ਨਾਲ ਇਸ ਵਾਸਤੇ ਪਿਆਰ ਕਰਨਾ, ਮੈਂ ਉਡੀਕਾਂ ਮਾਹੀ ਦੀਆਂ ਲਾਈਆਂ ਨੇ। ਮੈਂ ਪਹਿਲੀ ਵਾਰ ਜਦੋਂ ਹਜ਼ਰਤ ਜੀ ਮਦੀਨਾ ਤੈਯਬਾ ਗਿਆ ਨਾ, ਤੇ ਮੇਰੇ ਇੱਕ ਨੌਜਵਾਨ ਸਾਥੀ ਨੇ ਨਰਵਾਲ ਦੇ ਅਲਾਮਾ ਓਵੈਸੀ ਸਾਹਿਬ ਮੈਨੂੰ ਕਹਿ ਲੱਗੇ, ਅਸੀਂ ਸਭ ਆਓ, ਮੈਂ ਤੁਹਾਨੂੰ ਇੱਕ ਜ਼ਿਆਰਤ ਕਰਵਾ ਕੇ ਲਿਆਵਾਂ। ਮੈਂ ਉਹਨਾਂ ਦੇ ਨਾਲ ਮਦੀਨੇ ਦੀਆਂ ਪੁਰਾਣੀਆਂ ਗਲੀਆਂ 'ਚ ਮੈਨੂੰ ਲੈ ਗਏ ਅਤੇ ਇੱਕ ਮੁਕਾਮ 'ਤੇ ਖੜਾ ਕਰਕੇ ਕਹਿ ਲੱਗੇ, ਆਸੀ ਸਾਹਿਬ ਆਓ ਜਗ੍ਹਾ ਜਿੱਥੇ ਖਲੋ ਕੇ ਹਿਜਰਤ ਵਾਲੀ ਰਾਤ ਮਦੀਨੇ ਵਾਲੇ ਹਜ਼ੂਰ ਦਾ ਇੰਤਜ਼ਾਰ ਕਰਦੇ ਸਨ। ਮੈਂ ਪੁੱਛਿਆ ਇੱਥੇ ਖਲੋ ਕੇ ਇੰਤਜ਼ਾਰ ਕਿਉਂ ਕਰਦੇ ਸਨ? ਕਹਿ ਲੱਗੇ, ਆਸੀ ਸਾਹਿਬ, ਇਹ ਜਗ੍ਹਾ ਅਸਲ ਵਿੱਚ ਮਦੀਨਾ ਤੈਯਬਾ ਦੀ ਉਸ ਵਕਤ ਦੀ ਸਭ ਤੋਂ ਬੁਲੰਦ ਜਗ੍ਹਾ, ਇੱਥੇ ਖਲੋ ਕੇ ਉਹ ਜਿਹੜਾ ਰਸਤਾ ਮੱਕੇ ਵੱਲੋਂ ਆਉਂਦਾ ਸੀ ਨਾ, ਬੜੀ ਦੂਰ ਤੱਕ ਨਜ਼ਰ ਆਉਂਦਾ ਸੀ। ਮੈਂ ਉੱਥੇ ਖਲੋ ਕੇ ਜਦੋਂ ਦੂਰ ਤੱਕ ਵੇਖਿਆ ਨਾ, ਤੇ ਮੈਂ ਆਖਿਆ ਵਾਹ, ਉਹ ਉਡੀਕਾਂ ਵਾਲੇ ਹੋ, ਉਹ ਜਿਹਨਾਂ ਨੂੰ ਕਿਸੇ ਮਾਹੀ ਦੀ ਸਿੱਖ ਹੋਵੇ ਨਾ, ਜਿਹਨਾਂ ਨੂੰ ਤਾਂਗ ਹੋਵੇ ਕਿਸੇ ਮਹਿਬੂਬ ਦੀ, ਜਿਹਨਾਂ ਨੂੰ ਸਦਰ ਹੋਵੇ ਕਿਸੇ ਸੋਹਣੇ ਦੀ, ਉਹ ਜਿਹਨਾਂ ਨੂੰ ਇੰਤਜ਼ਾਰ ਤੇ ਉਡੀਕ ਹੋਵੇ ਕਿਸੇ ਮਾਹੀ ਦਾ, ਉਹ ਨੀਵੇਂ ਹੋ ਕੇ ਨਹੀਂ, ਉਹ ਉੱਚੀਆਂ ਜਗ੍ਹਾ ਤੇ ਖਲੋ ਕੇ ਮਾਹੀ ਦੀਆਂ ਰਾਵਾਂ ਉਡੀਕਦੇ ਨੇ, ਤਸੱਲੀਆਂ ਫਿਰ ਨਹੀਂ ਆਉਂਦੀਆਂ, ਅੱਡੀਆਂ ਚੁੱਕੇ ਪੰਬਾਂ ਪਾਰ ਹੋਰ ਉੱਚੇ ਹੋ ਕੇ ਯਾਰ ਦੀ ਰਾਹ ਵੇਖਦੇ ਨੇ, ਤੇ ਦਰਵਾਜ਼ਾ ਹਵਾ ਨਾਲ ਵਿਖੜ ਕੇ ਤੇ ਉਹਨਾਂ ਨੂੰ ਇੰਝ ਲੱਗਦਾ ਜਿਵੇਂ ਮਹਿਬੂਬ ਆਇਆ, ਜਿਵੇਂ ਮਹਿਬੂਬ ਆਇਆ। ਉਹ ਉੱਚੀਆਂ ਜਗ੍ਹਾ ਤੇ ਖਲੋਦੇ, ਦਮ ਦਮ ਜਾਨ ਲੱਭਾਂ ਤੇ ਆਵੇ ਛੋੜ ਹਵੇਲੀ ਤਨ ਦੀ, ਖਲੀ ਉਡੀਕੇ ਮਤ ਹੁਣ ਆਵੇ ਕਿਧਰੋਂ ਵਾਸ ਸਜਣ ਦੀ। ਉਹ ਤੇ ਹਜ਼ਾਰ ਦੀਆਂ ਹਵਾਵਾਂ ਨਾਲ ਵੀ ਪਿਆਰ ਕਰਦੇ ਜਿਧਰੋਂ ਮਾਹੀ ਦੀ ਹਵਾ ਆ ਜਾਏ। ਉਹ ਉਡੀਕ ਪਿਆ ਲਗਾ ਕੇ ਬੈਠਾ, ਉਡੀਕ ਲਾ ਕੇ ਬੈਠਾ, ਕਦੇ ਤੇ ਆਉਣਗੇ ਨਾ, ਨਾਲੇ ਉਡੀਕਾਂ ਕਰਦਾ ਨਾਲੇ ਆਖਦਾ ਏ ਦੋ ਆਲਮ ਦੇ ਦਾਤਾ ਮਦੀਨੇ ਦੇ ਵਾਲੀ, ਦੋ ਆਲਮ ਦੇ ਦਾਤਾ ਮਦੀਨੇ ਦੇ ਵਾਲੀ, ਤੂੰ ਆ ਜਾ ਕਦੀ ਉੜ ਕੇ ਕਮਲੀ ਕਾਲੀ, ਆਲਮ ਦੇ ਦਾਤਾ